ਸਾਡੇ ਮੁਲਕ ਦੇ ਹਵਾਈ ਜਹਾਜ਼ ਆਸਮਾਨ ਦੇ ਉੱਤੇ ਸਤਾ ਦੇ ਨਾਲ ਲੱਗ ਕੇ ਚੱਲਦੇ ਆ ਯਾਰ, ਬਿਲਕੁਲ ਨਾਲ ਲੱਗ ਕੇ ਚੱਲਦੇ ਆ। ਨਹੀਂ ਥੋੜਾ ਹੈ ਥੱਲੇ। ਅੱਛਾ ਅੱਛਾ, ਉਹ ਸਾਡੇ ਉੱਤੇ ਲੋਕ ਨੱਕ ਨਾਲ ਰੋਟੀ ਖਾਂਦੇ ਆ। ਬਿਲਕੁਲ ਨੱਕ ਨਾਲ, ਨਹੀਂ ਨਹੀਂ ਥੋੜਾ ਹੈ ਥੱਲੇ। ਤੁਹਾਡੇ ਵੀ ਨਾ ਦਿਮਾਗ 'ਚ ਗੋਬਰ ਭਰਿਆ ਹੋਇਆ ਹੈ। ਤੇ ਕਿਉਂ ਸਵੇਰ ਦਾ ਚੱਟੀ ਜਾਂਦੇ ਹੋ ਯਾਰ ਸੈਫ? ਕਦੇ ਕਦੇ ਮੇਰਾ ਦਿਲ ਕਰਦਾ ਜ਼ਮੀਨ, ਕੋਠੀਆਂ, ਕਾਰਾਂ, ਬੰਗਲੇ, ਮੋਟਰਸਾਈਕਲ ਵੇਚਦਾ। ਫਿਰ ਕੀ ਚੱਕਰ ਹੈ? ਫਿਰ ਸੋਚਦਾ ਪਹਿਲੇ ਲੈ ਤੇ ਲਾ। ਕਿਆ ਹੁਆ, ਇਤਨਾ ਸੈਡ ਕਿਉਂ ਬੈਠਾ ਹੈ? ਯਾਰ ਤੁਝੇ ਤੋ ਪਤਾ ਹੀ ਹੈ ਮੇਰੀ ਸ਼ਾਦੀ ਹੈ ਔਰ ਲੜਕੀ ਵਾਲੋ ਨੇ ਬੋਲਾ ਹੈ ਕਿ ਬਰਾਤ ਮੇ ਕਮ ਲੋਗ ਲੇ ਕਰ ਆਨਾ, ਤੋ ਇਸਮੇ ਸੈਡ ਹੋਨੇ ਕੀ ਬਾਤ ਹੈ? ਅਬ ਮੁਝੇ ਡਰ ਲੱਗ ਰਿਹਾ, ਪਤਾ ਨਹੀਂ ਮੁਝੇ ਲੈ ਕੇ ਜਾਏਂਗੇ ਕਿ ਨਹੀਂ ਮੇਰਾ ਬਹੁਤ ਮਨ ਹੈ ਜਾਣੇ ਕਾ। ਯਾਰ ਬਾਬਾ ਜੀ ਫਰਮਾਤੇ ਹੈ ਕਿ ਇਨਸਾਨ ਜਿਤਨਾ ਮਰਜ਼ੀ ਬਹਾਦਰ ਹੋ ਲੇਕਿਨ ਨਹਾਤਾ ਵੋ ਕੁੰਡੇ ਲਗਾ ਕਰੀ ਹੈ। ਭਾਈ ਬਹੁਤ ਕਿਊਟ ਹੈ ਆਪ, ਰਾਤ ਕੋ ਕਿਆ ਲਗਾ ਕੇ ਸੋਤੇ ਹੋ? ਕੁੰਡੀ। ਭਾਈ ਤੁਝੇ ABC ਆਤੀ ਹੈ? ਹਾਂ। ਸੁਣਾ ਫਿਰ, ਬੜੀ ਕੇ ਛੋਟੀ? ਖੈਰਾ ਕੀ ਹੋਇਆ? ਓ ਯਾਰ ਮੇਰਾ ਛੋਟਾ ਭਰਾ ਅਲੀ ਨੀ? ਹਾਂ। ਚੰਗਾ ਭਲਾ ਉਹਨੇ ਮੇਰੇ ਨਾਲ ਬਹਿ ਕੇ ਰੋਟੀ ਖਾਧੀ 8 ਵਜੇ। ਅੱਛਾ, ਕੀ ਹੋਇਆ ਉਹਨੂੰ? ਤੇ 9 ਵਜੇ ਫਿਰ ਮੰਗਣ ਲੱਗ ਪਿਆ। ਜਬ ਦੂਸਰੇ ਮਮਾਲਿਕ ਕੇ ਬੱਚੇ ਨਹਾ ਕੇ ਬਾਹਰ ਆਤੇ ਹੈ ਨਾ, ਤੋ ਉਨਕੀ ਮਾਂ ਉਨਕੋ ਦੇਖ ਕੇ ਕਹਤੀ ਹੈ ਯੂਰ ਲੁਕਿੰਗ ਸੋ ਕਿਊਟ ਬੇਬੀ। ਤੇ ਸਾਡੀ ਪਾਕਿਸਤਾਨੀ ਮਾਵਾਂ ਐ ਵੇ ਅੱਜ ਹਫਤੇ ਬਾਅਦ ਨਹਾਤਾ ਈ ਤੇ ਬੰਦੇ ਦਾ ਪੁੱਤਰ ਲੱਗ ਰਿਹਾ ਈ। ਕਿਆ ਬਾਤ ਹੈ ਭਾਈ, ਪਰੇਸ਼ਾਨ ਦਿਖ ਰਹਾ ਹੈ। ਯਾਰ ਕਿਆ ਬਤਾਊ ਭਾਈ, ਘਰ ਪੇ ਬੈਠੇ ਬੈਠੇ ਪਰੇਸ਼ਾਨ ਹੋ ਗਿਆ ਹੂੰ। ਜਬ ਯੇ ਲੋਕਡਾਊਨ ਵਾਲਾ ਮਾਮਲਾ ਖਤਮ ਹੋ ਜਾਏਗਾ ਤੋ 10 ਦਿਨ ਕੀ ਛੁੱਟੀ ਲੈ ਕੇ ਮਸਤ ਆਰਾਮ ਕਰੂੰਗਾ। ਆਪਨੇ ਹਮਾਰੇ ਸਕੂਲਸ ਬੰਦ ਕਰਾ ਦਿਏ, ਕਾਲਜਸ ਬੰਦ ਕਰਾ ਦਿਏ, ਹਮਾਰੇ ਐਗਜ਼ਾਮਸ ਕੈਂਸਲ ਹੋ ਗਏ ਸਿਰਫ ਇੱਕ ਕੋਰੋਨਾ ਵਾਇਰਸ ਕੀ ਵਜ੍ਹਾ ਸੇ। ਮੈਂ ਤੁਮ ਸਭ ਲੋਗੋ ਕੋ ਇੱਕ ਚੀਜ਼ ਬੋਲਣਾ ਚਾਹਤਾ ਹੂੰ, ਬਸ ਥੈਂਕ ਯੂ, ਥੈਂਕ ਯੂ ਸੋ ਮਚ। ਇਤਨੇ ਖੁਸ਼ ਕਿਉਂ ਹੋ? ਮੇਰੀ ਸ਼ਾਦੀ ਹੋਣੇ ਵਾਲੀ ਹੈ। ਅੱਛਾ, ਤੋ ਵੋ ਘਰ ਦੇਂਗੇ ਨਾ ਤੋ ਬੰਗਲਾ ਮਾਂਗਨਾ, ਬਾਈਕ ਦੇਂਗੇ ਨਾ ਤੋ ਗਾੜੀ ਮਾਂਗਨਾ, ਔਰ ਅਗਰ ਕੂਲਰ ਦੇਂਗੇ ਨਾ ਤੋ ਏਸੀ ਮਾਂਗਨਾ। ਬਾਤ ਐਸੀ ਹੈ, ਵੋ ਲੜਕੀ ਦੇ ਰਹੇ ਹੈ, ਕਹੋ ਤੋ ਉਨਕੀ ਅੰਮਾ ਨਾ ਮਾਂਗ ਲੂੰ। ਹਾਂ ਵੀ ਤੂੰ ਦੱਸ, ਜਿਹੜੇ ਸ਼ਖਸ ਨੂੰ ਸੁਣਾਈ ਨਹੀਂ ਦਿੰਦਾ ਉਹਨੂੰ ਇੰਗਲਿਸ਼ ਚ ਕੀ ਕਹੀਦਾ? ਉਸਤਾਦ ਜੀ ਜੋ ਮਰਜ਼ੀ ਕਹਿ ਲਓ, ਉਹਨੂੰ ਕਿਹੜਾ ਸੁਣਾਈ ਦਿੰਦਾ। ਰਾਤ ਦੀ ਗੱਲ ਆ, ਮੱਛਰ ਖਾ ਗਿਆ ਮੈਨੂੰ, ਮੈਨੂੰ ਬੜਾ ਗੁੱਸਾ ਚੜਿਆ, ਮੈਂ ਚੱਕੀ ਚੱਪਲ ਚੱਲ ਮੱਛਰ ਦੇ ਮਗਰ ਸਾਰੀ ਰਾਤ ਭਜਾਇਆ ਮੈਂ ਮੱਛਰ ਨੂੰ। ਇਹਨਾਂ ਨੂੰ ਸੁਬਹ ਹੋ ਗਈ, ਮੱਛਰ ਤਾਂ ਖਰਾ ਨਹੀਂ ਮਰਿਆ ਮੇਰੇ ਤੋਂ, ਪਰ ਸਾਲੇ ਨੂੰ ਸੌਣ ਮੈਂ ਵੀ ਨਹੀਂ ਦਿੱਤਾ ਸਾਰੀ ਰਾਤ। ਆਵਾਜ਼ ਚੈੱਕ ਕਰ ਰਹੇ ਹੋ? ਹਮ ਸੱਚ ਮੇ ਨਹੀਂ ਬੋਲ ਰਹੇ ਥੇ। ਪਾਕਿਸਤਾਨੀਓ ਕੀ ਜ਼ਿੰਦਗੀ ਕੁਛ ਇਸ ਤਰ੍ਹਾਂ ਹੋਤੀ ਹੈ, ਗਰਮੀਓ ਮੇ ਵਾਰਡਾ ਵਾਲੋ ਕੋ ਗਾਲੀਆਂ ਦੇਤੇ ਰਹਤੇ ਹੈ, ਸਰਦੀਓ ਮੇ ਸੂਈ ਗੈਸ ਵਾਲੋ ਕੋ ਗਾਲੀਆਂ ਪੜਤੀ ਹੈ, ਔਰ ਨਾਰਮਲ ਮੌਸਮ ਮੇ ਮੱਛਰਾਂ ਦੀ ਮਾਂ ਭੈਣ ਇੱਕ ਹੁੰਦੀ ਰਹਿੰਦੀ ਹੈ। ਪੱਪੂ ਬੇਟਾ। ਯੈਸ ਸਰ। ਤੁਮ ਨਾਚ ਰਹੇ ਹੋ, ਹਮ ਨਾਚ ਰਹੇ ਹੈ, ਸਭ ਨਾਚ ਰਹੇ ਹੈ, ਬਤਾਓ ਯੇ ਕੌਨ ਸਾ ਜ਼ਮਾਨਾ ਹੈ? ਸਰ ਬੇਗੈਰਤੀ ਕਾ। 10 ਸਬਜ਼ੀਆਂ ਐਸੀਆਂ 10 ਜਿਨ੍ਹਾਂ 'ਚ ਗੋਸ਼ਤ ਪੈਂਦਾ, ਪੈਸੇ ਹੋਣ ਤੇ ਸਾਰੀਆਂ 'ਚ ਬਹਿ ਜਾਂਦੇ। ਦੋਸਤੋ, ਇੱਕ ਤਹਿਕੀਕ ਕੇ ਮੁਤਾਬਿਕ ਪਾਕਿਸਤਾਨ ਮੇਂ ਪਹਿਲੇ ਨੰਬਰ ਪਰ ਸਭਸੇ ਜ਼ਿਆਦਾ ਮਾਰੇ ਜਾਣੇ ਵਾਲੀ ਚੀਜ਼ ਮਿਸ ਕਾਲ ਹੈ। ਬਾਈ, ਇਹ ਮਨਾਰੇ ਪਾਕਿਸਤਾਨ ਕਿੰਨੇ ਬਣਾਇਆ ਸੀ? ਕਿਉਂ ਸਹੀ ਨਹੀਂ ਬਣਿਆ? ਭਾਈ ਯਹਾਂ ਕਿਉਂ ਬੈਠਾ ਹੈ? ਕੋਈ ਨਯਾ ਵੀਡੀਓ ਹੀ ਬਣਾ ਦੇ ਦਿਮਾਗ ਲਗਾ ਕੇ। ਮੇਰੇ ਪਾਸ ਦਿਮਾਗ ਹੀ ਨਹੀਂ ਹੈ। ਓ ਭਾਈ ਓਏ, ਤੂੰ ਨਾਲ ਦਿਆਂ ਦੀ ਆਂਟੀ ਨੂੰ ਕੁਝ ਕਿਹਾ? ਮੈਂ ਤੇ ਕੁਛ ਨਹੀਂ ਕਿਹਾ। ਮੰਮੀ ਨਾਲ ਲੜਦੇ ਨੇ ਵਿਆਹ ਕੇ? ਉਹਨਾਂ ਨੇ ਵਿਆਹ ਦਾ ਪੁੱਛਿਆ ਤੇ ਮੈਂ ਉਹੀ ਕਿਹਾ ਹੈ ਕਿ ਦੁਆ ਦੇ ਦਿਓ, ਅੱਜ ਹੀ ਕਰਾ ਲੈਂਦੇ ਹਾਂ। ਪਾਗਲ ਦੁਆ ਉਹਨਾਂ ਦੀ ਬੇਟੀ ਹੈ।